ਇਹ ਵੀਡੀਓ ਇੱਕ ਚੋਰੀ ਦੀ ਵਾਰਦਾਤ ਦੀ ਹੈ ਜਿੱਥੇ ਇੱਕ ਚੋਰ ਕੰਧ ਟੱਪ ਕੇ ਦੱਬੇ ਪੈਰੀ ਘਰ ਦੇ ਵਿੱਚ ਦਾਖਲ ਹੁੰਦਾ ਹੈ ਤੇ ਕੀਮਤੀ ਚੀਜ਼ ਚੁੱਕ ਕੇ ਫਰਾਰ ਹੋ ਜਾਂਦਾ ਹੈ। ਇਹ ਸਾਰੀ ਵਾਰਦਾਤ ਘਰ 'ਚ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਜਾਂਦੀ ਹੈ ਜਿਸ ਦੇ ਵਿੱਚ ਇਸ ਚੋਰ ਦਾ ਚਿਹਰਾ ਵੀ ਨਜ਼ਰ ਆਇਆ ਹੈ। ਵੀਡੀਓ ਦੇ ਵਿੱਚ ਇਹ ਸਾਫ਼ ਦੇਖਿਆ ਗਿਆ ਹੈ ਕਿ ਕਿਸ ਤਰ੍ਹਾਂ ਇਹ ਚੋਰ ਕੰਧ ਟੱਪ ਕੇ ਪਹਿਲਾਂ ਤਾਂ ਘਰ ਦੇ ਅੰਦਰ ਦਾਖਲ ਹੁੰਦਾ ਹੈ, ਫਿਰ ਬੜੇ ਹੀ ਦੱਬੇ ਪੈਰੀ ਕਿ ਆਵਾਜ਼ ਨਾ ਆਏ ਹੌਲੀ ਹੌਲੀ ਅੱਗੇ ਵੱਧਦਾ ਹੈ। ਅੰਦਰ ਆ ਕੇ ਦੇਖਦਾ ਹੈ ਤਾਂ ਇੱਕ ਪਾਸੇ ਇੱਕ ਸਾਈਕਲ ਲੱਗਾ ਹੋਇਆ ਹੈ ਅਤੇ ਹੋਰ ਵੀ ਸਮਾਨ ਇੱਥੇ ਵਿਹੜੇ 'ਚ ਪਿਆ ਹੋਇਆ ਸੀ। ਇਹ ਚੋਰ ਪਹਿਲਾਂ ਥੋੜ੍ਹੀ ਦੇਰ ਸੋਚਦਾ ਹੈ, ਫਿਰ ਇੱਧਰ ਉੱਧਰ ਨਜ਼ਰ ਮਾਰਦਾ ਹੈ ਤੇ ਬੜੇ ਹੀ ਚਲਾਕੀ ਦੇ ਨਾਲ ਹੁਸ਼ਿਆਰੀ ਦੇ ਨਾਲ ਚੁੱਪ ਚੁੱਪੀ ਤੇ ਸਾਈਕਲ ਨੂੰ ਹੱਥ ਪਾਉਂਦਾ ਹੈ। ਸਾਈਕਲ ਚੁੱਕ ਕੇ ਕੰਧ ਤੋਂ ਪਾਰ ਸੁੱਟ ਕੇ ਤੇ ਫਿਰ ਆਪ ਵੀ ਕੰਧ ਟੱਪ ਕੇ ਉੱਥੋਂ ਫਰਾਰ ਹੋ ਜਾਂਦਾ ਹੈ। ਵੱਡੀ ਗੱਲ ਇਹ ਹੈ ਕਿ ਇਸ ਚੋਰ ਨੇ ਆਪਣਾ ਚਿਹਰਾ ਨਹੀਂ ਢੱਕਿਆ ਹੋਇਆ, ਜਿਸ ਕਰਕੇ ਸੀਸੀਟੀਵੀ ਤਸਵੀਰਾਂ ਦੇ ਵਿੱਚ ਇਸ ਚੋਰ ਦਾ ਚਿਹਰਾ ਸਾਫ਼ ਨਜ਼ਰ ਆਇਆ ਹੈ। ਪਰਿਵਾਰਿਕ ਮੈਂਬਰਾਂ ਨੂੰ ਪਤਾ ਉਦੋਂ ਲੱਗਾ ਜਦੋਂ ਉਹਨਾਂ ਨੇ ਸਵੇਰੇ ਉੱਠ ਕੇ ਸਾਈਕਲ ਗਾਇਬ ਦੇਖਿਆ, ਫਿਰ ਸੀਸੀਟੀਵੀ ਕੈਮਰੇ ਖੰਗਾਲੇ ਤਾਂ ਉਹਨਾਂ ਨੂੰ ਫਿਰ ਪਤਾ ਲੱਗਿਆ ਕਿ ਉਹਨਾਂ ਦੇ ਘਰ 'ਚ ਦੱਬੇ ਪੈਰੀ ਚੋਰ ਆਇਆ ਸੀ ਤੇ ਸਾਈਕਲ ਚੁੱਕ ਕੇ ਫਰਾਰ ਹੋ ਗਿਆ। ਇਹ ਵੀਡੀਓ ਸੋਸ਼ਲ ਮੀਡੀਆ ਤੇ ਵੀ ਵਾਇਰਲ ਹੋ ਰਹੀ ਹੈ ਤੇ ਇਹ ਦੱਸਿਆ ਜਾ ਰਿਹਾ ਹੈ ਕਿ ਇਹ ਵੀਡੀਓ ਜਲੰਧਰ ਸ਼ਹਿਰ ਦੀ ਹੈ। ਜਲੰਧਰ ਦੇ ਵਿੱਚ ਇੱਕ ਇਲਾਕੇ ਦੇ ਵਿੱਚ ਇਹ ਚੋਰ ਘੁੰਮਦਾ ਹੋਇਆ ਦੇਖਿਆ ਗਿਆ, ਬਾਅਦ ਵਿੱਚ ਇੱਕ ਘਰ ਦੇ ਵਿੱਚ ਦਾਖਲ ਹੁੰਦਾ ਹੈ, ਚੁੱਪ ਚੁੱਪੀ ਤੇ ਦੱਬੇ ਪੈਰੀ ਜਾ ਕੇ ਸਾਈਕਲ ਚੁੱਕਦਾ ਹੈ ਤੇ ਫਰਾਰ ਹੋ ਜਾਂਦਾ ਹੈ। ਫਿਲਹਾਲ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਹੈ ਤੇ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਹੀ ਪੁਲਿਸ ਇਸ ਚੋਰ ਦੀ ਤਲਾਸ਼ ਕਰ ਰਹੀ ਹੈ। ਇਹ ਵੀਡੀਓ ਇੱਕ ਚੋਰੀ ਦੀ ਵਾਰਦਾਤ ਦੀ ਹੈ ਜਿੱਥੇ ਇੱਕ ਚੋਰ ਕੰਧ ਟੱਪ ਕੇ ਦੱਬੇ ਪੈਰੀ ਘਰ ਦੇ ਵਿੱਚ ਦਾਖਲ ਹੁੰਦਾ ਹੈ ਤੇ ਕੀਮਤੀ ਚੀਜ਼ ਚੁੱਕ ਕੇ ਫਰਾਰ ਹੋ ਜਾਂਦਾ ਹੈ। ਇਹ ਸਾਰੀ ਵਾਰਦਾਤ ਘਰ 'ਚ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਜਾਂਦੀ ਹੈ ਜਿਸ ਦੇ ਵਿੱਚ ਇਸ ਚੋਰ ਦਾ ਚਿਹਰਾ ਵੀ ਨਜ਼ਰ ਆਇਆ ਹੈ। ਵੀਡੀਓ ਦੇ ਵਿੱਚ ਇਹ ਸਾਫ਼ ਦੇਖਿਆ ਗਿਆ ਹੈ ਕਿ ਕਿਸ ਤਰ੍ਹਾਂ ਇਹ ਚੋਰ ਕੰਧ ਟੱਪ ਕੇ ਪਹਿਲਾਂ ਤਾਂ ਘਰ ਦੇ ਅੰਦਰ ਦਾਖਲ ਹੁੰਦਾ ਹੈ, ਫਿਰ ਬੜੇ ਹੀ ਦੱਬੇ ਪੈਰੀ ਕਿ ਆਵਾਜ਼ ਨਾ ਆਏ ਹੌਲੀ ਹੌਲੀ ਅੱਗੇ ਵੱਧਦਾ ਹੈ। ਅੰਦਰ ਆ ਕੇ ਦੇਖਦਾ ਹੈ ਤਾਂ ਇੱਕ ਪਾਸੇ ਇੱਕ ਸਾਈਕਲ ਲੱਗਾ ਹੋਇਆ ਹੈ ਅਤੇ ਹੋਰ ਵੀ ਸਮਾਨ ਇੱਥੇ ਵਿਹੜੇ 'ਚ ਪਿਆ ਹੋਇਆ ਸੀ। ਇਹ ਚੋਰ ਪਹਿਲਾਂ ਥੋੜ੍ਹੀ ਦੇਰ ਸੋਚਦਾ ਹੈ, ਫਿਰ ਇੱਧਰ ਉੱਧਰ ਨਜ਼ਰ ਮਾਰਦਾ ਹੈ ਤੇ ਬੜੇ ਹੀ ਚਲਾਕੀ ਦੇ ਨਾਲ ਹੁਸ਼ਿਆਰੀ ਦੇ ਨਾਲ ਚੁੱਪ ਚੁੱਪੀ ਤੇ ਸਾਈਕਲ ਨੂੰ ਹੱਥ ਪਾਉਂਦਾ ਹੈ। ਸਾਈਕਲ ਚੁੱਕ ਕੇ ਕੰਧ ਤੋਂ ਪਾਰ ਸੁੱਟ ਕੇ ਤੇ ਫਿਰ ਆਪ ਵੀ ਕੰਧ ਟੱਪ ਕੇ ਉੱਥੋਂ ਫਰਾਰ ਹੋ ਜਾਂਦਾ ਹੈ। ਵੱਡੀ ਗੱਲ ਇਹ ਹੈ ਕਿ ਇਸ ਚੋਰ ਨੇ ਆਪਣਾ ਚਿਹਰਾ ਨਹੀਂ ਢੱਕਿਆ ਹੋਇਆ, ਜਿਸ ਕਰਕੇ ਸੀਸੀਟੀਵੀ ਤਸਵੀਰਾਂ ਦੇ ਵਿੱਚ ਇਸ ਚੋਰ ਦਾ ਚਿਹਰਾ ਸਾਫ਼ ਨਜ਼ਰ ਆਇਆ ਹੈ। ਪਰਿਵਾਰਿਕ ਮੈਂਬਰਾਂ ਨੂੰ ਪਤਾ ਉਦੋਂ ਲੱਗਾ ਜਦੋਂ ਉਹਨਾਂ ਨੇ ਸਵੇਰੇ ਉੱਠ ਕੇ ਸਾਈਕਲ ਗਾਇਬ ਦੇਖਿਆ, ਫਿਰ ਸੀਸੀਟੀਵੀ ਕੈਮਰੇ ਖੰਗਾਲੇ ਤਾਂ ਉਹਨਾਂ ਨੂੰ ਫਿਰ ਪਤਾ ਲੱਗਿਆ ਕਿ ਉਹਨਾਂ ਦੇ ਘਰ 'ਚ ਦੱਬੇ ਪੈਰੀ ਚੋਰ ਆਇਆ ਸੀ ਤੇ ਸਾਈਕਲ ਚੁੱਕ ਕੇ ਫਰਾਰ ਹੋ ਗਿਆ। ਇਹ ਵੀਡੀਓ ਸੋਸ਼ਲ ਮੀਡੀਆ ਤੇ ਵੀ ਵਾਇਰਲ ਹੋ ਰਹੀ ਹੈ ਤੇ ਇਹ ਦੱਸਿਆ ਜਾ ਰਿਹਾ ਹੈ ਕਿ ਇਹ ਵੀਡੀਓ ਜਲੰਧਰ ਸ਼ਹਿਰ ਦੀ ਹੈ। ਜਲੰਧਰ ਦੇ ਵਿੱਚ ਇੱਕ ਇਲਾਕੇ ਦੇ ਵਿੱਚ ਇਹ ਚੋਰ ਘੁੰਮਦਾ ਹੋਇਆ ਦੇਖਿਆ ਗਿਆ, ਬਾਅਦ ਵਿੱਚ ਇੱਕ ਘਰ ਦੇ ਵਿੱਚ ਦਾਖਲ ਹੁੰਦਾ ਹੈ, ਚੁੱਪ ਚੁੱਪੀ ਤੇ ਦੱਬੇ ਪੈਰੀ ਜਾ ਕੇ ਸਾਈਕਲ ਚੁੱਕਦਾ ਹੈ ਤੇ ਫਰਾਰ ਹੋ ਜਾਂਦਾ ਹੈ। ਫਿਲਹਾਲ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਹੈ ਤੇ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਹੀ ਪੁਲਿਸ ਇਸ ਚੋਰ ਦੀ ਤਲਾਸ਼ ਕਰ ਰਹੀ ਹੈ।